मैं चला दो जी जल्दी दे नाल। मैच चला दो जी जल्दी दे नाल। लाओ जी साढ़े राजवीर सिंह जी संधु यूएसए वाले जिन्होंने कबड्डी ओपन का पहला प्राइज देना साढ़े अंकल जी बहुत सत्कार के योग है। बड़े मान सम्मान पंजाबी मां बोला तो खुश होकर पुजदा करते हैं। 65 किलो भार का पहला प्राइज सरदार बूटा सिंह जी प्रधान विदेशा पत्ती वाले उन्होंने वालों दिता जाना है। मक्खण सिंह जी समरा साहब गल्लां करदे आ मेरे वीरो लाओ जी कंडियाल साहब छेड़ियो कहानी यारा। लाओ जी पहली कबड्डी जस्सा नाओ है एक पासे कहिंदे जलालाबाद पिंड सुखजिंदर सुखा लैंडलाड़िया यारा दा यार है उधर गुरदित साहब जी भी बैठे ने कलेर साहब बबला कलेर साडा वीर यह है जस्सा मेरे वीरो जलालाबाद दे विड़े कबड्डी पैंदी है। राजवीर संधु जी आ मुंडा कमाल करदा सिंधु नाओ है जलालाबाद पिंड है 65 तो 75 80 ते ओपन दे विच बल्ले बल्ले करवाई ला तकड़ा जफा मक्खण समरा जी कमाल करती है। मक्खण सिंह जी समरा ते नाल गुरसेख सिंह जी संधु साहब यह है नौजवान बल्ले बल्ले हुंदी आ ग्राउंडा विच वड़दा बाज वाली झपट नाल धावियां नूं फड़दा टॉप दा भी धावी कहिंदे जलालाबादीए सिंधु कोलों डरदा जलालाबादीए सिंधु कोलों डरदा कबड्डी दा ऐना कौड़ा कहा गया नौजवान नूं कबड्डी दे मैदानां विच आए जलालाबादीआं नीटा ओह वेखो मेरे मुल पैण शरीरां दे ओह सामने वेखो कमाल हुंदे मेणो मेणी बजदीआं तौलां उखड़दे पैर पॉइंट रेडर दा आ माया दे गफ्फे जलालाबादीए सिंधु दे है साडे वीर जरूर प्राप्त करनगे राजेणियां सुखा दे माइक ते कंडियाल साहब गल करनगे। लाओ जी इह आ राजेणे दी धरती ਦਾ ਸੁਖਾ ਮੋਦਨ ਬਾਨ ਦਾ ਗ੍ਰਹੀ ਹੈ ਰਾਜਿਆਣੇ ਦੀ ਧਰਤੀ ਤੇ ਵੀ ਮੇਰੇ ਵੀਰੋ ਮਹਾ ਕੁੰਭ ਕਰਵਾਇਆ ਜਾਂਦਾ ਹੈ ਇੱਕ ਪਾਸੇ ਨਛੱਤਰ ਹੈ ਮੇਰੇ ਵੀਰੋ ਕੁਝ ਸਮਾਂ ਪਹਿਲਾਂ ਬਾਪ ਦਾ ਸਾਇਆ ਜਿਹੜਾ ਸਿਰ ਤੋਂ ਉੱਠ ਗਿਆ ਹੈ ਪਰ ਕਬੱਡੀ ਦੇ ਨਾਲ ਪ੍ਰੇਮ ਹੈ ਨਛੱਤਰ ਜਲਾਲਾਬਾਦੀਆ ਹੈ ਇੱਥੇ ਰੱਖ ਪਾਲੇ ਤੇ ਆ ਕੇ ਪੁਆਇੰਟ ਸੁਖਾ ਰਾਜਿਆਣੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਭੁੱਲਰ ਦੀ ਹੈ ਕਿ ਪਿੱਠ ਪਿੱਛੇ ਕਰਜੇ ਵਾਰਿਓ ਬਲਵਾਨ ਨਹੀਂ ਹੁੰਦਾ ਅੱਖ ਮਾਰ ਕਾਲਾ ਕੋਬਰਾ ਚੁੰਬੜ ਗਿਆ ਇੱਕ ਪਾਸੇ ਭੁੱਲਰ ਭੁੱਲਰਾ ਪਿਆਰ ਦੇ ਨਾਲ ਕਬੱਡੀ ਖੇਡੀਦੀ ਹੈ ਆ ਰਹੀ ਪੁਆਇੰਟ ਭੁੱਲਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਮਿੱਤਰੋ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਅੱਜ ਕਲਗੀਧਰ ਸਾਹਿਬ ਪਿਤਾ ਦਸ਼ਮੇਸ਼ ਜੀ ਜਿਨ੍ਹਾਂ ਦੇ ਨਾਂ ਤੇ ਕਲੱਬ ਬਣੀ ਹੋਈ ਹੈ ਔਰ ਜੱਸੇ ਦੀ ਪਈ ਹੋਈ ਕਬੱਡੀ ਹੈ ਇੱਥੇ ਰੱਖ ਸਵਾਦ ਹੈ ਮਾਂ ਖੇਡ ਕਬੱਡੀ ਦਾ ਨਛੱਤਰ ਮੇਰੇ ਵੀਰਿਓ ਤਵੀ ਤੇ ਬੈਠੇ ਦੇਗੀ ਉਬਲੇ ਆਰਿਆਂ ਦੇ ਨਾਲ ਚੀਰੇ ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ ਬੰਦਾ ਬਹਾਦਰ ਅਮਰ ਸੀ ਕੀਤਾ ਉਸ ਦੀ ਵਫਾਦਾਰੀ ਨੇ ਮਰਨੋਂ ਮੂੰਹ ਨਹੀਂ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਇਹ ਮਨਦੀਪ ਜਿਹਦਾ ਅੱਜ ਮਾਣ ਸਨਮਾਨ ਵੀ ਬੁੱਟਿਆ ਰੱਖਿਆ ਗਿਆ ਇਸ ਕਬੱਡੀ ਕੱਪ ਤੇ ਗੋਰੇ ਧਾਲੀਵਾਲ ਰਿੰਪਾ ਔਜਲਾ ਜੀ ਵੱਲੋਂ ਸਮੁੱਚੀ ਕਲੱਬ ਵੱਲੋਂ ਮਨਦੀਪ ਦੀ ਪਈ ਹੋਈ ਕਬੱਡੀ ਤੇ ਉਧਰ ਝੀੜ ਸਾਡਾ ਵੀਰ ਇਸ ਵਕਤ ਲਾ ਜੱਫਾ ਕੋਸ਼ਿਸ਼ ਕਰਦਾ ਹੋਇਆ ਲਾਇਆ ਵੀ ਸੇਬੀ ਇਹਨੂੰ ਖੜਿਆ ਹੋਇਆ ਬਰਾਬਰ ਦੀ ਭਾਜੀ ਬਰਾਬਰ ਦਾ ਵੰਡ ਘੜਦਾ ਹੈ ਮੇਰੇ ਵੀਰਿਓ ਬੱਲੀ ਜਿਉਣ ਨਹੀਂ ਦੇਂਦੀ ਦੁਨੀਆ ਬਹੁਤੇ ਰੰਗਾਂ ਦੀ ਉਹ ਨਿਤਰ ਰੱਖੇ ਡਾਂਗ ਤੇ ਡੇਰਾ ਢਾਣੀ ਮਸਤ ਮਲੰਗਾਂ ਦੀ ਜੇ ਕੋਈ ਸੱਥ ਚ ਖੜ ਲਲਕਾਰੇ ਤੇ ਆਕੜ ਲਾਉਣੀ ਪੈਂਦੀ ਹੈ ਉਹ ਜਦੋਂ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਲਾਓ ਇਧਰਲੇ ਬੰਨੇ ਰਾਜੇੜੀਆਂ ਸੁਖਾ ਲੈ ਵੀ ਜਲਾਲਾਬਾਦੀਆਂ ਉਹ ਫੜ ਤਿਆਰੀ ਨੌਜਵਾਨਾਂ ਉਹ ਉਧਰਲੇ ਬੰਨੇ ਕਬੱਡੀ ਦਾ ਐਨਾ ਕੌਂਡਾ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਦੇ ਵਾਰ ਇਹ ਆ ਨੀਟਾ ਮੇਰੇ ਵੀਰੋ ਸੁਖਾ ਲੈਂਡ ਲਾੜੀਆ ਵੀ ਕਹਿੰਦੇ ਮਾਣ ਕਰਦਾ ਟੀਮ ਤੇ ਬੜੀ ਹੱਲਾਸ਼ੇਰੀ ਦਿੰਦਾ ਹੈ ਮੁੰਡੇ ਦਾ ਨਾਚ ਚੱਲਦਾ ਹੈ ਇਹ ਆ ਨੀਟਾ 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 ਪਰ ਇਹ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਿ ਦੁਸ਼ਮਣ ਦੀ ਥਾਲੀ ਵਿੱਚ ਕਦੇ ਖਾਣਾ ਖਾਈਏ ਨਾ ਭੈਣ ਯਾਰ ਦੀ ਨਾਲ ਕਦੇ ਵੀ ਯਾਰੀ ਲਾਈਏ ਨਾ
ਜ਼ਹਿਰ ਸੱਪ ਦੀ ਨੇ ਛੜਦੀ ਬੰਦਾ ਮਾਰ ਮਕਾਉਂਦੀ ਹੈ। ਉਹ ਪੈਂਦੇ ਦਿਸਣ ਪਟਾਕੇ ਜਦੋਂ ਜਵਾਨੀ ਆਉਂਦੀ ਹੈ, ਤਾਂ ਉਹ ਸਾਹਮਣੇ ਚੜੀ ਹੋਈ ਜਵਾਨੀ ਹੈ, ਦੋ ਸਿੰਘ ਖੜੇ ਹੈ। ਨੌਜਵਾਨ ਇਹ ਉਹ ਕੌਮ ਹੈ ਜਿਹਨਾਂ ਨੇ ਕਹਿੰਦੇ ਆਸਥਾਨ ਤਮੂਰ ਫਤਿਹ ਕੀਤਾ ਮੋਰਚਾ। ਗੱਲਾਂ ਚੱਲੀਆਂ ਸਰਦਾਰ ਹਰੀ ਸਿੰਘ ਨਲਵੇ ਦੀਆਂ, ਗੱਲਾਂ ਚੱਲੀਆਂ ਮੇਰੇ ਵੀਰੋ ਸ਼ਹੀਦ ਬਾਬਾ ਦੀਪ ਸਿੰਘ ਦੀਆਂ। ਇਹ ਅੱਜ ਰੌਣਕ ਹੈ ਕਲਗੀਧਰ ਯੂਥ ਕਲੱਬ ਦੇ ਵੱਲੋਂ ਵੱਡਾ ਉਪਰਾਲਾ ਮਾਂ ਖੇਡ ਕਬੱਡੀ ਦਾ। ਮੇਰੇ ਵੀਰੋ ਕੋਈ ਇੱਕ ਵਾਰੇ, ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ ਸੱਤ ਵਾਰੇ, ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲਾਗੇ ਤੇਰਾ। ਸਰਬੰਸ ਦਾਨੀਆਂ ਓਏ, ਦੇਣਾ ਕੌਣ ਦੇਊਗਾ ਤੇਰਾ, ਦੇਣਾ ਕੌਣ ਦੇਊਗਾ ਤੇਰਾ। ਲਵੀ ਕਮਾਲ ਕਰ ਦਿੱਤੀ ਮੁੰਡੇ ਨੇ, ਫੜਿਆ ਹੋਇਆ ਗੁੱਟ ਚੁੰਗਲ ਦੇ ਵਿੱਚੋਂ ਛੁੱਟਣਾ ਬੜਾ ਔਖਾ। ਬੱਲੇ 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 ਵਾਹ, ਸਿੱਧੇ ਜੇ ਸੁਭਾਅ ਦੇ ਪੇਂਡੂ ਜੱਟ, ਨੀ ਦਿਲ ਦਰਿਆਵਾਂ ਵਰਗੀ, ਨੀ ਦਿਲ ਦਰਿਆਵਾਂ ਵਰਗੀ। ਵਾਕਿਆ ਦਿਲ ਦਰਿਆ ਨੇ ਜੱਟਾਂ ਦੀ, ਇਹ ਹੈ ਸੁੱਖਾ ਰਾਜਿਆਣੇ ਦੀ ਧਰਤੀ ਦਾ। ਵੇਖੋ ਪੈਂਦੀ ਹੋਈ ਕਬੱਡੀ ਹੈ, ਥਾਪੀ ਮਾਰ ਕੇ ਪੱਟਾਂ ਤੇ ਪੈਂਦੀ ਰੇੜਨੀ ਗੱਲ ਸੁਣ ਮਟਿਆਰੀ। ਵੇਖਣਾ ਵੀ ਇੱਕ ਪਾਸੇ ਸਿੰਧੂ ਜਲਾਲਾਬਾਦ ਦੀ ਧਰਤੀ ਦਾ ਐਨ ਸੱਪ ਦੀ ਸਿਰੀ ਤੋਂ ਨੋਟ ਚੱਕਣ ਵਾਲੀ ਗੱਲ ਬਣ ਚੁੱਕੀ ਹੈ। ਮੁੰਡੇ ਨੇ ਕਮਾਲ ਕਰ ਦਿੱਤੀ ਹੈ। ਕਿੰਨੇ ਕਿੰਨੇ ਪੁਆਇੰਟ ਰਹਿ ਗਏ, ਇੱਕ ਥੋੜਾ ਕੁ ਟਾਈਮ ਰਹਿ ਗਿਆ। ਸਮਰਾ ਸਾਹਿਬ ਮੈਚ ਚੱਲ ਰਹਿਣ ਦਿਓ। ਕਾਲਾ ਕਲੇਰ ਜੀ, ਸੰਧੂ ਸਾਹਿਬ ਜੀ, ਦੋ ਇੱਕ ਦੋ ਰੇਡਾਂ ਰਹਿ ਗਈਆਂ ਸਾਰੀਆਂ, ਬਸ ਦੋ ਕਰੇਡਾਂ ਰਹਿ ਗਈਆਂ ਬਸ। ਕਾਲਾ ਕਲੇਰ ਜੀ ਵੀ ਗਰਾਊਂਡ 'ਚ ਆਉਣਗੇ, ਜਿਹਨਾਂ ਦੀ ਬਦੌਲਤ ਅੱਜ ਦਾ ਇੱਕ ਵੱਡੀ ਕੱਪ ਹੋ ਰਿਹਾ। ਗੁਰਵਿੰਦਰ ਸਿੰਘ ਜੀ ਮੱਲੀ ਮੱਲੀਆਂ ਵਾਲਾ ਮੱਲੀਆਂ ਤੋਂ ਆਏ ਆ ਸਾਡੇ ਦਰਮਿਆਨ। ਗੁਰਜੰਟ ਸਿੰਘ ਜੀ ਚਹਿਲ ਸਾਹਿਬ, ਉਹਨਾਂ ਨਾਲ ਸੰਪਰਕ ਕਰਨਗੇ ਕੰਡਿਆਲ ਸਾਹਿਬ ਇਸ ਮੈਚ ਤੋਂ ਬਾਅਦ। ਕਿ ਜਿਹੜੀ ਕਿ ਯਾਦਗਾਰੀ ਤਸਵੀਰ ਹੋਣੀ ਹੈ, ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋ ਕਾ ਬਾਕੀ ਜਿਹੀ ਨਿਸ਼ਾਂ ਹੋਗਾ। ਸਰਬੰਸ ਦਾਨੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਰਵੇਸ਼, ਬੇਨਤੀ ਹੈ ਕਲਗੀਧਰ ਸਪੋਰਟਸ ਕਲੱਬ ਦੇ ਜਿੰਨੇ ਵੀ ਨੁਮਾਇੰਦੇ ਨੇ ਮੇਰੇ ਵੀਰੋ, ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਦੋ ਮਿੰਟ ਦੇ ਅੰਦਰ ਅੰਦਰ ਸਟੇਜ ਦੇ ਸਾਹਮਣੇ ਬਿਲਕੁਲ ਆ ਜਾਣ। ਉਹਨਾਂ ਨੂੰ ਜ਼ਰੂਰੀ ਬੇਨਤੀ ਹੈ, ਜਿੰਨੇ ਵੀ ਕਲੱਬ ਮੈਂਬਰ ਨੇ ਸਾਡੇ, ਜਟਾਣਾ ਗੁਰਮੇਲ ਸਿੰਘ ਗਿੱਲ, ਕਾਲਾ ਕਲੇਰ ਸਾਡਾ ਵੀਰ, ਜੋਨੀ ਚਾਲ, ਗੁਰਵਿੰਦਰ ਚਾਲ, ਹਾਂਜੀ ਗੁਰਵਿੰਦਰ ਸਿੰਘ ਜੀ ਮੱਲੀ ਸਾਹਿਬ ਮੱਲੀਆਂ ਵਾਲਾ, ਉਹ ਚਾਲ ਸਾਹਿਬ ਨਾਲ ਸੰਪਰਕ ਕਰਨਗੇ ਜਲਦੀ ਨਾਲ। ਹਾਂਜੀ ਕੰਡਿਆਲ ਨਾਲੀ ਪਰਮਿੰਦਰ, ਡਾਕਟਰ ਗੁਰਮੀਤ, ਡਾਕਟਰ ਗੁਰਪ੍ਰੀਤ ਔਰ ਹੋਰ ਵੀ ਜਿੰਨੇ ਵੀ ਮੈਂਬਰ ਨੇ, ਦੀਪਾ ਢਾਲੀਵਾਲ ਸਾਡਾ ਵੀਰ, ਗੋਰਾ ਗਿੱਲਾਂ ਵਾਲਾ ਸਾਡਾ ਵੀਰ ਆਪਣੇ ਕੋਲੇ ਖੜਾ ਹੈ, ਇਹ ਸਾਰੇ ਕਿਰਪਾ ਕਰਕੇ ਇਸ ਮੈਚ ਤੋਂ ਮਗਰੋਂ ਜਿੰਨੇ ਵੀ ਕਲੱਬ ਮੈਂਬਰ ਨੇ, ਕੋਈ ਮਾਇੰਡ ਨਾ ਕਰੇ ਕਿਸੇ ਦਾ ਨਾਂ ਰਹਿ ਜਾਂਦਾ ਹੈ, ਸਾਰੇ ਸਮੁੱਚੀ ਕਲੱਬ ਦੇ ਅਹੁਦੇਦਾਰ ਵੀਰ ਆਉਣਗੇ ਗਰਾਊਂਡ ਵਿੱਚ। ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ, ਕਿਉਂਕਿ ਕਈਆਂ ਦੇ ਨਾਮ ਜਿਹੜੇ ਸੁੱਖੇ ਨਹੀਂ ਲੈ ਜਾਂਦੇ, ਵੀਰ ਗੁੱਸਾ ਨਾ ਕਰਨ। ਨਾਲ ਹੀ ਗੁਰਮੇਲ ਗੇਲਾ, ਸੁਖਚੈਨ ਜੱਟਣ, ਉਹਨਾਂ ਨੂੰ ਵੀ ਬੇਨਤੀ ਹੈ ਵੀ ਆਉਣ। ਨਾ ਵੀ ਮਿੱਤਰੋ ਸਾਹਮਣੇ ਪਈ ਹੋਈ ਕਬੱਡੀ ਭੁੱਲਰ ਦੇ ਪਾਈ ਹੋਈ ਰੇਡ ਹੈ, ਉਧਰ ਲਵੀ ਨੇ ਡੱਕ ਦਿੱਤਾ ਐਨ ਬਾਰਡਰ ਤੇ ਆ ਮੇਰੇ ਵੀਰੋ, ਇੱਕ ਪਾਸਾ ਹੋ ਚੱਲਿਆ, ਪੱਲੇ 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 ਪੱਲੇ, ਵਾਹ ਇੱਥੇ ਰੱਖ। ਨਾਲ ਹੀ ਗੁਰਦੀਪ ਸੰਧੂ ਜੀ ਸਾਡੇ ਚੀਮਿਆਂ ਵਾਲੇ ਪੰਪ ਵਾਲੇ ਵੱਜਦੇ ਹੈ, ਦਸ਼ਮੇਸ਼ ਪਬਲਿਕ ਸਕੂਲ ਵਾਲੇ ਗੁਰਦੀਪ ਸੰਧੂ ਜੀ ਨੂੰ ਬੇਨਤੀ ਕਰਾਂਗਾ, ਤੁਸੀਂ ਵੀ ਆਓ ਜੀ ਇੱਧਰ ਗਰਾਊਂਡ ਦੇ ਲਾਗੇ। ਗੁਰਦੀਪ ਸੰਧੂ ਜੀ, ਚੀਮਾ ਸਾਹਿਬ ਆਓ ਇੱਧਰ ਗਰਾਊਂਡ ਦੇ ਵਿੱਚ ਹੀ ਆਓ। ਹਾਂਜੀ ਆਜੋ ਆਜੋ, ਪਰਮਜੀਤ ਪੰਮਾ ਕਨੇਡਾ ਜੀ, ਪੰਮੇ ਬਾਈ ਆਜੋ ਆਜੋ, ਤੁਹਾਡਾ ਤਾਂ ਧੰਨਵਾਦ ਹੈ ਜੀ, ਕਿਉਂਕਿ ਗਰਾਊਂਡ ਹੈ ਜਿਹੜੀ ਉਹਨਾਂ ਦੀ ਆਪਣੀ ਇਹ ਜਗ੍ਹਾ ਹੈ, ਔਰ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ। ਔਰ ਦਰਸ਼ਨ ਲਾਲ ਅਹੂਜਾ ਜੀ, ਉਹਨਾਂ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ। ਮੈਂ ਬੇਨਤੀ ਕਰਦਾ ਬਬਲੂ ਅਹੂਜਾ ਜੀ ਨੂੰ ਕਿ ਦਰਸ਼ਨ ਲਾਲ ਅਹੂਜਾ ਜੀ ਤੁਹਾਡੇ ਫਾਦਰ ਸਾਹਿਬ ਅਜੇ ਪਹੁੰਚੇ ਨਹੀਂ, ਕਿਉਂਕਿ ਬੜੀ ਬੇਸਬਰੀ ਦੇ ਨਾਲ ਉਹਨਾਂ ਦਾ ਇੰਤਜ਼ਾਰ ਹੋ ਰਿਹਾ ਸੀ, ਕਿਉਂਕਿ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਕਬੱਡੀ ਮਹਾਂਕੁੰਭ ਨੂੰ, ਕਿਉਂਕਿ ਉਹਨਾਂ ਨੇ ਵੀ ਮੋਢੇ ਨਾਲ ਮੋਢਾ ਜੋੜਿਆ ਹੈ। ਅੱਜ ਜਿੰਨੇ ਵੀ ਮੋਮੈਂਟੋ ਦਿੱਤੇ ਜਾਣੇ ਨੇ ਉਹ ਸਾਰੇ ACC ਸੀਮੈਂਟ ਵਾਲਿਆਂ ਵੱਲੋਂ ਦਿੱਤੇ ਜਾਣੇ ਨੇ, ਕਿਉਂਕਿ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਔਰ ਸਾਡੇ ਕੰਪਨੀ ਦੇ ਸਾਡੇ ਦਰਮਿਆਨ ਪਹੁੰਚੇ ਨੇ ਮਨਪ੍ਰੀਤ ਸਾਡਾ ਵੀਰ, ਅਸੀਂ ਉਹਨਾਂ ਨੂੰ ਵੀ ਜੀ ਆਇਆ ਆਖਦੇ ਹਾਂ, ਜੋ ਕਿ ACC ਸੀਮੈਂਟ
ਵਾਲਿਆਂ ਦੇ ਜੋ ਬੈਨਰ ਵੀ ਲੱਗੇ ਨੇ ਹਰ ਸਾਲ ਵੱਡਾ ਸਹਿਯੋਗ ਦਿੰਦੇ ਨੇ ਔਰ ਕਹਿੰਦੇ ਨੇ ਸੁਰੱਖਿਅਤ ਦੇ ਸੁਪਨਿਆਂ ਦਾ ਸੱਚਾ ਘਰ ਹੈ ਜਿਹੜਾ ਕਹਿੰਦੇ ਸੁਪਨਿਆਂ ਦੇ ਘਰ ਨੂੰ ਰੱਖੇ ਸੁਰੱਖਿਅਤ ਸਾਡੇ ਏਸੀ ਸੀਮੈਂਟ ਵਾਲੇ ਮਨਪ੍ਰੀਤ ਜੀ ਉਹਨਾਂ ਦਾ ਵੀ ਸਤਿਕਾਰ ਕਰਦੇ ਜੀ ਆਇਆਂ ਨੂੰ ਬਬਲੂ ਅਹੂਜਾ ਜੀ ਬਹੁਤ ਬਹੁਤ ਧੰਨਵਾਦ ਵੈਲਕਮ ਸਲਾਮ ਏ ਮੁਹੱਬਤ ਕੰਡਿਆਲ ਸਾਹਿਬ ਇਸ ਮੈਚ ਤੋਂ ਬਾਅਦ ਸਾਰੇ ਰੈਫਰੀ ਤੇ ਕਮੈਂਟੇਟਰ ਉਹਨਾਂ ਨੂੰ ਯਾਦ ਕਰ ਰਹੇ ਹੈ ਰਾਜਵੀਰ ਸਿੰਘ ਜੀ ਸੰਧੂ ਸਾਹਿਬ USA ਕੁਝ ਜ਼ਰੂਰੀ ਜਿਹੜੇ ਰੁਝੇਵੇ ਹੈ ਆਪਾਂ ਸਤਿਕਾਰ ਕਰਾਂਗੇ ਨੀਟਾ ਜਲਾਲਾਬਾਦੀ ਹੈ ਐਨ ਨੌਜਵਾਨ ਤਕੜਾ ਪੁਆਇੰਟ 300 ਆਇਆ ਜਲਾਲਾਬਾਦ ਦੀ ਟੀਮ ਦਾ ਗੁਰਸੇਵ ਸਿੰਘ ਜੀ ਸੰਧੂ ਸ਼ਾਹ ਵਾਲਾ ਤੇ ਨਾਲ ਮੱਖਣ ਸਿੰਘ ਜੀ ਸਮਰਾ ਲੋਹਗੜ ਰਾਜਿਆਣੇ ਦੇ 8 ਪੁਆਇੰਟ ਨੇ ਤੇ ਧਰਮਕੋਟ ਸਾਡੇ 12 ਇਹ ਮੇਰੇ ਵੀਰੋ ਇਹਦੇ ਵਿੱਚ ਧਰਮਕੋਟ ਦੀ ਟੀਮ ਜਲਾਲਾਬਾਦ